पर मेरे मन दे विच ख्याल आउंदा, मन लो अपने किसी सिंह ते दोष लगदे, मैं कहना खलार दिंदे है, नानके ददके पुछ लैंदे है कित्थों तक छापेमारी हुंदी है। बई जी जे हुण मन लो तीन बंदिया ने हलफिया बयान दे विच मन दिया भी असी भी अदबियां कीतियां, भाई जी पुठे किते हुण क्यों ना दसणगे भी कौन कौन बंदा सानू आके मिलिया, किन्ने किन्ने फोन किया, किन्ने किहड़ी चीज़ प्रोवाइड की, किन्ने सानू लालच दिता। तुहानू लगता नहीं भी संघी मास्टरमाइंड की नपनी किड्डी औखी सी? बिल्कुल जी, कहिंदा बा भी इन्हां ने तां जिहड़े समय बेअदबी हुई ना उस समय बादल सरकार सी ते एस आई टी सीगी रणबीर सिंह खट्टड़ा दी, जदों ये मल के कांड होया, इस कांड दे विच इन्हां ने जदों गलबात हुई मैं सारे जथेबंदियों नूं फोन किए आके, इत्थे सुबह तकरीबन 5:30 बजे मैं पहुँच गया सी इत्थे, ते जदों आके मैं फोन किए सारयां नूं, ते बाबे चमकौर नाल गल हुई भाई रूपे नाल, ਉਹ ਸਾਡੀ ਗੱਲਬਾਤ ਦੇ ਵਿੱਚੋਂ ਮੈਨੂੰ ਕਹਿੰਦੇ ਤੂੰ ਇਸ ਸਮੇਂ ਕਿਵੇਂ ਆ ਗਿਆ ਇੱਥੇ, ਤੂੰ 5 ਵਜੇ ਫੋਨ ਕਿਵੇਂ ਲਾ ਲਿਆ ਉਹਨੂੰ। ਹਾਲਾਂਕਿ ਇੱਥੇ ਉਸ ਟਾਈਮ ਸਾਬਕਾ ਸਰਪੰਚ ਸੀ ਵੇ ਕੌਰਾ ਸਿੰਘ, ਉਹ ਮੈਨੂੰ ਸੁਬਹਾ ਘਰੋਂ ਜਾ ਕੇ ਲੈ ਕੇ ਆਏ, ਨਾਲ ਹੀ ਮੇਰਾ ਪਿੰਡ ਹੈ ਉੱਥੋਂ 2 ਕਿਲੋਮੀਟਰ, ਅਤੇ ਮੈਨੂੰ ਕਹਿੰਦੇ ਇਸ ਤਰ੍ਹਾਂ ਕਰਕੇ ਜਸਵਿੰਦਰ ਸਿੰਘ ਸਾਡੇ ਬੇਅਦਬੀ ਹੋ ਗਈ ਅਤੇ ਤੁਸੀਂ ਆਓ ਉੱਥੇ ਮੌਕਾ ਸਾਂਭੋ। ਮੈਂ ਕਿਹਾ ਚਲੋ ਜੀ ਆ ਜਾਂਦੇ ਹਾਂ, ਅਤੇ ਮੈਂ ਉਸੇ ਤਰ੍ਹਾਂ ਸਾਫਾ ਬੰਨ੍ਹਦਾ ਬੰਨ੍ਹਦਾ ਹੋਇਆ ਅਤੇ ਮੈਂ ਚਲਾ ਆਇਆ। ਆ ਕੇ ਕੀ ਦੇਖਿਆ ਬੇਅਦਬੀ, ਇੱਥੇ ਸਮਾਲਸਰ ਰੋਡ ਤੋਂ ਲੈ ਕੇ ਸਾਰੀ ਆ ਮੇਨ ਗਲੀ ਜਿਹੜੀ ਪਿੰਡ ਦੇ ਵਿੱਚ ਦੀ ਗੁਰਸੇਵ ਸਿੰਘ ਫੌਜੀ ਦੇ ਬਾਰ ਕੋਲ ਦੀ ਲੰਘਦੀ ਅੱਗੇ, ਸਾਰੀ ਗਲੀ ਦੇ ਵਿੱਚ ਅੰਗ ਖਿਲਰੇ ਹੋਏ ਸੀਗੇ। ਤੁਸੀਂ ਅੱਖੀਂ ਵੇਖੇ ਆ? ਅੱਖੀਂ ਵੇਖਿਆ ਜੀ, ਅੱਖੀਂ ਵੇਖਿਆ, ਇਹਨਾਂ ਹੱਥਾਂ ਨੇ ਚੁਗੇ ਆ। ਡੀ ਸੀ ਮੋਗਾ ਦੇ ਨਾਲ, SSP ਮੋਗਾ ਦੇ ਨਾਲ ਇਹਨਾਂ ਹੱਥਾਂ ਨਾਲ ਚੁਗਾਏ ਆ। ਬਹੁਤ ਮਨ ਦੇ ਵਿੱਚ ਜਿਹੜਾ ਹੈਗਾ ਰੋਸ ਆ, ਇਸੇ ਕਰਕੇ ਉਸੇ ਦਿਨ ਤੋਂ 1 ਜੂਨ 2015 ਜਦੋਂ ਬੁਰਜ ਤੋਂ ਗੁਰੂ ਸਾਹਿਬ ਦਾ ਸਰੂਪ ਹੋਇਆ ਚੋਰੀ ਹੋਇਆ, ਉਸ ਦਿਨ ਤੋਂ ਲੱਗੇ ਹੋਏ ਹਾਂ ਅਤੇ ਅੱਜ ਤੱਕ ਸੰਘਰਸ਼ ਹੀ ਕਰਦੇ ਆ ਰਹੇ ਹਾਂ। ਕਿਤੇ ਧਰਨਾ ਲਾਤਾ, ਕਿਤੇ ਪ੍ਰਦਰਸ਼ਨ ਕਰ ਲਿਆ, ਕਿਤੇ ਮੋਰਚੇ ਲਾ ਲਏ, ਬਹੁਤ ਕੁਛ ਹੋਇਆ, ਨਿਆਂ ਨਹੀਂ ਮਿਲਿਆ, ਨਿਆਂ ਨਹੀਂ ਮਿਲਿਆ। ਅੱਜ ਕੌਮ ਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਇਸ ਕੇਸ ਦੇ ਵਿੱਚ ਵੀ। ਜ਼ਮਾਨਤਾਂ ਲੈ ਕੇ ਪਹਿਲਾਂ ਤੁਹਾਡੇ ਤੋਂ ਘਰ ਆ ਗਏ? ਜ਼ਮਾਨਤਾਂ ਲੈ ਕੇ ਸਾਡੇ ਨਾਲ ਪਹਿਲਾਂ ਘਰ ਆ ਗਏ। ਅੱਛਾ, ਇੱਕ ਜਾਣਕਾਰੀ ਦਿਓ, ਤੁਹਾਨੂੰ ਕਿੰਨੀ ਕੁ ਵਾਰੀ ਫਿਰ ਸੱਦਿਆ ਜਾਂਦਾ ਰਿਹਾ, ਕਿੰਨੇ ਕੁ ਥਾਣੇ ਬਖਾਏ ਤੁਹਾਨੂੰ? ਥਾਣਿਆਂ ਦੀ ਤਾਂ ਗਿਣਤੀ ਕੋਈ ਨਹੀਂ ਜੀ, ਇੱਥੋਂ ਤੁਸੀਂ ਫਾਜ਼ਿਲਕਾ ਦੇਖ ਲਓ ਕਿੰਨੀ ਦੂਰ ਹੈ। ਫਾਜ਼ਿਲਕਾ ਬੁਲਾਇਆ, ਮੈਨੂੰ ਬੁਲਾਇਆ, ਬਾਬੇ ਚਮਕੌਰ ਨੂੰ ਬੁਲਾਇਆ, ਇੱਥੋਂ ਤੱਕ ਕਿ ਬਾਬੇ ਚਮਕੌਰ ਨੂੰ ਤਾਂ ਪੁੱਠਾ ਟੰਗ ਕੇ ਕਰੰਟ ਲਾਏ ਉਹਦੇ ਗੁਪਤ ਅੰਗਾਂ ਦੇ ਉੱਪਰ, ਕੰਨਾਂ ਦੇ ਨਾਲ ਕਰੰਟ ਲਾਏ, ਜ਼ਖਮ ਹੋ ਗਏ ਉਹਦੇ, ਬਠਿੰਡਾ ਹਸਪਤਾਲ ਦੇ ਵਿੱਚ, ਸਰਕਾਰੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਬਾਬੇ ਚਮਕੌਰ ਸਿੰਘ ਨੂੰ। ਬੇਅਦਬੀ ਦਾ ਹਿਸਾਬ ਮੰਗਦੇ ਬੰਦੇ ਨੂੰ ਕਰੰਟ ਲਾਏ, ਮੁੱਦਾ ਪਾ ਦਿੱਤਾ, ਮੁੱਦਾ ਪਾ ਦਿੱਤਾ। ਜੇ ਇਹ ਕੰਮ ਇਹਨਾਂ ਪ੍ਰੇਮੀਆਂ ਨਾਲ ਕੀਤੇ ਹੁੰਦੇ ਤਾਂ ਅੱਜ ਤੱਕ ਇਨਸਾਫ ਹੋ ਜਾਂਦਾ। ਕਹਿੰਦਾ ਭਾਅ ਵੀ ਜਿਹੜਾ ਬਾਦਲ ਪਰਿਵਾਰ ਸੀਗਾ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੇ ਤਾਂ ਸਾਨੂੰ ਵੋਟਾਂ ਪਾਉਣੀਆਂ ਹੀ ਨਹੀਂ ਯਾਰ, ਮਸਲਾ ਸਾਰਾ ਵੋਟਾਂ ਦਾ, ਇਹਨਾਂ ਨੇ ਪਾਉਣੀਆਂ ਸਾਨੂੰ, ਪ੍ਰੇਮੀਆਂ ਨੇ ਪਾਉਣੀਆਂ, ਪ੍ਰੇਮੀ ਬਚਾ, ਪ੍ਰੇਮੀ ਬਚਾਓ, ਪ੍ਰੇਮੀ ਬਚਾਓ। ਹੁਣ ਤੁਸੀਂ ਇਹ ਦੇਖ ਲਓ, ਇਹਨਾਂ ਦੇ ਜਿਹੜਾ ਬਾਦਲ ਦਲ ਹੈਗਾ, ਅਕਾਲੀ ਦਲ ਨਹੀਂ ਮੈਂ ਕਹਿੰਦਾ, ਜਿਹੜਾ ਬਾਦਲ ਦਲ ਹੈ, ਬਾਦਲ ਦਲ ਦੇ ਵਿੱਚ ਅਹੁਦੇਦਾਰ ਇਹਨਾਂ ਦੇ ਪ੍ਰੇਮੀ ਸਰਸੇ ਵਾਲੇ, ਫਿਰ ਉੱਥੇ ਜਾ ਕੇ ਮੱਥੇ ਟੇਕਦੇ ਆ, ਕੀ ਕੁਛ ਕਰਦੇ ਆ, ਉਹਨਾਂ ਦੀਆਂ ਸੰਗਤਾਂ ਦੇ ਵਿੱਚ ਜਾਂਦੇ ਆ। ਇਹਨਾਂ ਨੇ ਹਰ ਜਿਹੜਾ ਹੈਗਾ ਘਿਨਾਉਣਾ ਕਰਮ ਕੀਤਾ ਸਿਰਫ ਵੋਟਾਂ ਦੀ ਖਾਤਰ ਅਤੇ ਆਪਦੀ ਗੱਦੀ ਬਚਾਉਣ ਦੀ ਖਾਤਰ। ਜਿਹੜਾ ਸਿੱਖ ਨੂੰ ਜਾਣਾ ਜਿੱਥੇ ਮਨਾਹੀ ਹੈ ਨਾ, ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ ਅਸੀਂ ਤਾਂ ਉਹਦੀ ਪਾਲਣਾ ਕਰੀ ਜਾਂਦੇ ਹਾਂ, ਅਤੇ ਇਹ ਹੁਕਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਲਾ ਕੇ ਅਤੇ ਉਹਨੂੰ ਮਾਫ਼ੀ ਮੰਗਵਾ ਦਿੰਦੇ ਆ, ਮਾਫ਼ੀ ਦਵਾ ਦਿੰਦੇ ਆ ਸਰਸੇ ਵਾਲੇ ਨੂੰ, ਆਪ ਹੀ ਸੁਖਬੀਰ ਲਿਖਵਾ ਦਿੰਦਾ, ਉਹਨੂੰ ਪ੍ਰਿੰਟ ਕਰਵਾ ਦਿੰਦਾ ਮਾਫ਼ੀ ਉਹਦੀ। ਜਦੋਂ ਉਹਨੂੰ ਪੁੱਛਦੇ ਆ ਉਹ ਕਹਿੰਦਾ ਮੈਂ ਮਾਫ਼ੀ ਮੈਂ ਤਾਂ ਮੰਗੀ ਨਹੀਂ।